ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਿਹੜੇ ਸਟੈਪ ਚੁੱਕੇ ਨੇ ਉਹਨਾਂ 'ਚ ਸਭ ਤੋਂ ਪਹਿਲਾਂ ਸਾਡੇ ਲੀਡਰ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਖਾਸ ਕਰਕੇ ਸਭ ਤੋਂ ਪਹਿਲਾਂ ਸਾਡੀ ਕਾਂਗਰਸ ਪਾਰਟੀ ਉਹਨਾਂ ਦੇ ਮਿਨਿਸਟਰ ਜਿਹੜੇ ਸਰਕਾਰ ਦੇ ਮਿਨਿਸਟਰ ਨੇ, ਐਮ ਐਲ ਏ ਨੇ, ਹੋਰ ਲੀਡਰ ਸਮਾਨ ਨੇ ਸਾਡੀ ਪਾਰਟੀ ਦੇ ਸਾਰੇ ਆਪਣਾ ਡੋਪ ਟੈਸਟ ਜਿਹੜਾ ਉਹ ਕਰਾਉਣ। ਸੋ ਉਹਦੇ ਮੁਤਾਬਕ ਅੱਜ ਮੈਂ ਵੀ ਆਪਣਾ ਟੈਸਟ ਕਰਾਉਣ ਆਇਆ, ਨਾਲ ਮੇਰਾ ਬੇਟਾ ਵੀ ਹੈ। ਸੋ ਅਸੀਂ ਵੀ ਆਪਣਾ ਇੱਥੇ ਟੈਸਟ ਕਰਾਉਣਾ ਹੈ ਸਿਵਲ ਹੋਸਪਿਟਲ 'ਚ। ਸੋ ਮੈਂ ਸਮਝਦਾ ਇਹ ਬੜਾ ਵੱਡਾ ਸਰਕਾਰ ਦਾ ਉਪਰਾਲਾ, ਸੀ ਐੱਮ ਸਾਹਿਬ ਦਾ। ਸੋ ਉਹਨਾਂ ਨੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਜੇ ਕਾਂਗਰਸ ਦੀ ਪੰਜਾਬ 'ਚ ਸਰਕਾਰ ਬਣੇਗੀ, ਮੈਂ ਚੀਫ ਮਿਨਿਸਟਰ ਬਣਾਂਗਾ ਅਤੇ ਸਭ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ। ਕਿਉਂਕਿ ਬੜੀ ਵੱਡੀ ਇਹ ਸਮੱਸਿਆ ਸੀ, ਸਮੱਸਿਆ ਦੇ ਸਾਰੇ ਦੇਸ਼ 'ਚ ਵਰਲਡਵਾਈਡ ਸੀ। ਸੋ ਖਾਸ ਕਰਕੇ ਪੰਜਾਬ 'ਚ ਜਿਹੜੀਆਂ ਵਾਰਦਾਤਾਂ ਨਸ਼ੇ ਨਾਲ ਹੁੰਦੀਆਂ ਸੀਗੀਆਂ, ਹੁਣ ਵੀ ਇਹ ਨਹੀਂ ਕਿ ਨਸ਼ਾ ਜਿਹੜਾ ਖਤਮ ਹੋ ਗਿਆ, ਅਜੇ ਵੀ ਹੋ ਰਿਹਾ ਥੋੜ੍ਹਾ ਬਹੁਤਾ, ਜਿਹੜਾ ਨਸ਼ੇ ਮੁਕਤਾਂ ਹੋਈਆਂ ਨਸ਼ੇ ਨਾਲ। ਸੋ ਕਾਫੀ ਫਰਕ ਵੀ ਪਿਆ ਜਦੋਂ ਦੀ ਸਰਕਾਰ ਬਣੀ ਹੈ ਕੈਪਟਨ ਸਾਹਿਬ ਦੀ। ਸੋ ਹੁਣ ਇੱਕ ਹੋਰ ਉਪਰਾਲਾ ਜਿਹੜਾ ਵੀ ਟੈਸਟ ਪਹਿਲਾਂ ਲੋਕਾਂ ਦੇ ਨੁਮਾਇੰਦੇ ਕਰਾਉਣ। ਸੋ ਮੇਰੀ ਇਹ ਵੀ ਰਿਕੁਐਸਟ ਆ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਅਸੀਂ ਲੋਕਾਂ ਦੇ ਨੁਮਾਇੰਦੇ, ਸਾਡਾ ਫਰਜ਼ ਬਣਦਾ ਸਭ ਤੋਂ ਪਹਿਲਾਂ ਅਸੀਂ ਆਪਣੇ ਟੈਸਟ ਕਰਵਾਈਏ। ਸੋ ਅੱਜ ਮੈਂ ਇੱਥੇ ਆਇਆ, ਸੋ ਮੈਂ ਆਪਣਾ ਟੈਸਟ ਸੈਂਪਲ ਦੇ ਦਿੱਤਾ। ਸੋ ਮੈਨੂੰ ਮੇਰਾ ਡਾਕਟਰ ਸਾਹਿਬ ਰਿਪੋਰਟ ਜਲਦੀ ਆ ਜੂਗੀ, ਸ਼ਾਮ ਤੱਕ ਇਹਦੀ ਰਿਪੋਰਟ ਆ ਜੂਗੀ। ਸੋ ਸਾਰਿਆਂ ਨੂੰ ਕਰਨਾ ਚਾਹੀਦਾ, ਜੇ ਸਾਰੇ ਸਹਿਯੋਗ ਦੇਣਗੇ ਸਰਕਾਰ ਦਾ। ਵੇਖੋ ਕਈ ਚੀਜ਼ਾਂ ਹੁੰਦੀਆਂ ਜਿੰਨਾ ਚਿਰ ਲੋਕ ਨਾਲ ਸਾਥ ਨਾ ਦੇਣ, ਉਹਦਾ ਮੁਕੰਮਲ ਜਿਹੜਾ ਸਫਾਇਆ ਨਹੀਂ ਹੁੰਦਾ। ਸੋ ਲੋਕਾਂ ਦੇ ਸਾਥ ਦੀ ਲੋੜ ਹੈ। ਤੁਹਾਨੂੰ ਪਤਾ ਪੰਜਾਬ ਨੇ ਅੱਤਵਾਦ ਵੀ ਹੰਢਾਇਆ, ਕਿੰਨਾ ਅੱਤਵਾਦ ਸੀ ਪੰਜਾਬ 'ਚ। 10-15 ਸਾਲ ਅਸੀਂ ਅੱਤਵਾਦ ਦੀ ਮਾਰ 'ਚ ਰਹੇ ਹਾਂ ਪੰਜਾਬ ਵਾਲੇ। ਸੋ ਜਿੰਨਾ ਚਿਰ ਲੋਕਾਂ ਨੇ ਸਾਥ ਨਹੀਂ ਸੀ ਦਿੱਤਾ, ਉਨਾ ਚਿਰ ਅੱਤਵਾਦ ਵੀ ਖਤਮ ਨਹੀਂ ਸੀ। ਸੋ ਅੱਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਪੁਲਿਸ ਤਗੜੀ ਹੋ ਕੇ ਪਈ ਸੀ, ਲੋਕਾਂ ਨੇ ਸਾਥ ਦਿੱਤਾ ਸੀ ਤਾਂ ਅੱਤਵਾਦ ਖਤਮ ਹੋਇਆ ਸੀ। ਹੁਣ ਵੀ ਪੁਲਿਸ ਨੂੰ ਵੀ ਕਿਹਾ, ਪੰਜਾਬ ਦੀ ਪੁਲਿਸ ਨੂੰ, ਸੀ ਐੱਮ ਸਾਹਿਬ ਇਹਦੇ 'ਤੇ ਬੜੇ ਚਿੰਤਤ ਨੇ, ਬੜੀਆਂ ਮੀਟਿੰਗਾਂ ਕਰ ਰਹੇ ਨੇ ਪੁਲਿਸ ਦੇ ਅਫਸਰ ਸਮਾਨ ਨਾਲ। ਸੋ ਮੈਂ ਸਮਝਣਾ ਜਿੱਥੇ ਪੁਲਿਸ ਤਗੜੀ ਹੋ ਕੇ ਕੰਮ ਕਰੇਗੀ, ਉੱਥੇ ਲੋਕਾਂ ਦੇ ਸਾਥ ਦੀ ਵੀ ਬੜੀ ਲੋੜ ਹੈ ਸਰਕਾਰ ਨੂੰ। ਸੋ ਮੇਰੀ ਸਾਰੇ ਰਿਕੁਐਸਟ ਆ ਕਿ ਸਾਰੇ ਤਗੜੇ ਹੋ ਕੇ ਲੱਗਣ, ਜਿੱਥੇ ਕੋਈ ਨਸ਼ਈ ਜਾਂ ਕੋਈ ਨਸ਼ਾ ਵੇਚਣ ਵਾਲਾ ਜਿੱਥੇ ਕੋਈ ਫੜਿਆ ਜਾਂਦਾ, ਲੋਕਾਂ ਦਾ ਵੀ ਫਰਜ਼ ਬਣਦਾ ਵੀ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨ, ਥੋੜ੍ਹੀ ਜਿਹੀ ਆਪ ਵੀ ਉਹਦੀ ਸੇਵਾ ਕਰਨ। ਹੁਣ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਿਹੜੇ ਕੰਮ ਹੁੰਦੇ, ਪਿੰਡਾਂ 'ਚ ਤਾਂ ਸਾਰਿਆਂ ਨੂੰ ਪਤਾ ਹੁੰਦਾ, ਪਿੰਡਾਂ ਦੀ ਪੁਲਿਸ ਨੂੰ ਵੀ ਸਾਰਾ ਪਤਾ ਹੁੰਦਾ, ਜਿਹੜੇ ਉੱਥੇ ਐੱਸ ਐੱਚ ਓ ਨੇ, ਇੰਸਪੈਕਟਰ ਨੇ ਜਾਂ ਪੁਲਿਸ ਆ, ਵੀ ਕਿਹੜਾ ਬੰਦਾ ਪਿੰਡ 'ਚ ਨਸ਼ਾ ਕਰਦਾ, ਤਾਂ ਪਿੰਡ ਵਾਲਿਆਂ ਨੂੰ ਵੀ ਪਤਾ ਹੁੰਦਾ। ਜੇ ਪਿੰਡ ਵਾਲੇ ਸਾਥ ਦੇਣਗੇ ਜਾਂ ਲੋਕ ਸਾਥ ਦੇਣਗੇ, ਤਾਂ ਸਾਰਾ ਕੰਮ ਜਿਹੜਾ ਉਹ ਛੇਤੀ ਖਤਮ ਹੋ ਜਾਏਗਾ। ਸੋ ਸਰਕਾਰ ਦੇ ਸਾਥ ਵਾਸਤੇ ਲੋਕਾਂ ਦੀ ਬੜੀ ਲੋੜ ਆ। ਸੋ ਮੈਨੂੰ ਆਸ ਹੈ ਕਿ ਲੋਕ ਜਿਹੜੇ ਨੇ ਹੁਣ ਤਗੜੇ ਹੋ ਗਏ ਨੇ, ਲੋਕਾਂ 'ਚ ਅਵੇਅਰਨੈਸ ਆ ਗਈ, ਕਿਉਂਕਿ ਜਿਹੜੇ ਪੇਰੈਂਟਸ ਦੇ ਬੱਚੇ ਨਸ਼ੇ ਵਾਲੇ ਲੱਗ ਜਾਂਦੇ, ਉਹਨਾਂ ਪੇਰੈਂਟਸ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਕੀ ਹਾਲਾਤ ਨੇ। ਜਿਹੜੇ ਘਰ 'ਚ ਇਹ ਚੀਜ਼ ਆ ਗਈ ਆ, ਉਸ ਘਰ ਨੂੰ ਪੁੱਛ ਕੇ ਵੇਖੋ ਉਹਦਾ ਕੀ ਹਾਲਾਤ ਆ। ਸੋ ਇਹ ਜਿਹੜਾ ਖਤਮ ਹੋਣਾ ਬੜਾ ਜ਼ਰੂਰੀ ਆ। ਸੋ ਸਾਡੇ ਨੌਜਵਾਨ ਬੱਚੇ ਜਿਹੜੇ ਨੇ, ਵੇਖਿਆ ਨਹੀਂ ਜਾਂਦਾ, ਜਿਹੜੇ ਨਸ਼ੇ ਦੀ ਲੱਤ 'ਚ ਲੱਗ ਜਾਂਦੇ ਨੇ। ਸੋ ਇਹ ਤੋਂ ਛੁਟਕਾਰਾ ਪਾਉਣਾ ਬੜਾ ਜ਼ਰੂਰੀ ਹੈ। ਸੋ ਮੈਨੂੰ ਉਮੀਦ ਹੈ ਵੀ ਸਾਰੇ ਤੁਸੀਂ ਸਾਥ ਦਿਓਗੇ, ਖਾਸ ਕਰਕੇ ਮੀਡੀਆ ਦੀ ਵੀ ਬੜੀ ਲੋੜ ਹੈ ਸਾਥ ਦੀ। ਸੋ ਸਾਰੇ ਤਗੜੇ ਹੋ ਕੇ ਅਸੀਂ ਇਸ ਕੰਮ ਵੱਲ ਲੱਗ ਜਾਈਏ। ਮੈਂ ਸਮਝਦਾ ਵੀ ਜੇ ਅਸੀਂ ਸਾਰੇ ਯੋਗਦਾਨ ਪਾਵਾਂਗੇ
ਸਰਕਾਰ ਤਕੜੀ ਹੋ ਕੇ ਲੱਗੇਗੀ ਅਤੇ ਜਿਹੜਾ ਨਸ਼ੇ ਦਾ ਕੋਹੜ ਆ ਇਹ ਪੰਜਾਬ 'ਚੋਂ ਖਤਮ ਹੋ ਜਾਊਗਾ। ਦੇਖੋ ਹੁਣ ਜਿਹੜਾ ਮਸਲਾ ਹੈ ਬੜਾ ਗੰਭੀਰ ਮਸਲਾ ਬਣ ਚੁੱਕਾ, ਹੁਣ ਕਿਸੇ ਦਾ ਵੀ ਸ਼ਿਕਾਰਾ ਨਹੀਂ, ਭਾਵੇਂ ਕੋਈ ਪੁਲਿਸ ਅਫਸਰ ਆ ਭਾਵੇਂ ਕੋਈ ਪੋਲੀਟੀਕਲ ਆ, ਹੁਣ ਕਿਸੇ ਦਾ ਵੀ ਸ਼ਿਕਾਰਾ ਨਹੀਂ। ਹੁਣ ਸਾਰਿਆਂ ਨੂੰ ਜੇ ਕੋਈ ਸੀਐਮ ਸਾਹਿਬ ਨੇ ਇੱਕੋ ਹੀ ਕਿਹਾ ਕਿ ਕੋਈ ਵੀ ਇਸ ਲਪੇਟ 'ਚ ਆ ਗਿਆ, ਚਾਹੇ ਉਹ ਪੋਲੀਟੀਸ਼ੀਅਨ ਆ ਚਾਹੇ ਉਹ ਕੋਈ ਬਿਊਰੋਕਰੇਟ ਆ, ਕਿਸੇ ਦਾ ਕੋਈ ਲਿਹਾਜ਼ ਨਹੀਂ। ਜੇ ਲਿਹਾਜ਼ ਹੀ ਹੁੰਦੇ ਜਾਣਗੇ ਤਾਂ ਫਿਰ ਸਿਸਟਮ ਜਿਹੜਾ ਮੈਨੂੰ ਉਮੀਦ ਆ ਵੀ ਇਹ ਕਾਮਯਾਬ ਨਹੀਂ ਹੋਊਗਾ। ਸੋ ਇਸ ਕਰਕੇ ਸੀਐਮ ਸਾਹਿਬ ਨੇ ਸਖ਼ਤ ਹਦਾਇਤਾਂ ਕੀਤੀਆਂ ਨੇ ਕਿ ਜਿਹਦੀ ਵੀ ਕਿਸੇ ਦੀ ਇਨਵਾਇਰਮੈਂਟ ਹੋਏਗੀ ਉਹ ਬਚੂਗਾ ਨਹੀਂ।